ਪਰਸੋਂ ਸਵੇਰੇ ਸਾਨੂੰ ਫੋਨ ਆਇਆ ਜੀ 4 ਵਜੇ, ਕਹਿੰਦਾ ਬਹੁਤ ਕਵਰ ਖਰਾਬ ਹੈ ਵੀ ਇਸ ਤਰ੍ਹਾਂ ਹੋ ਗਿਆ, ਐਕਸੀਡੈਂਟ ਹੋਇਆ ਇੰਨਾ ਬੁਰੀ ਤਰ੍ਹਾਂ, ਉਹ ਪਛਾਣਿਆ ਵੀ ਜਾ ਰਿਹਾ। ਲੜਕੇ ਨਾਲ ਪਹਿਲਾਂ ਗੱਲਾਂ ਹੁੰਦੀਆਂ ਰਹਿੰਦੀਆਂ, ਇਹਨਾਂ ਦੇ ਲੜਕੇ ਨਾਲ ਵੀ ਹੁੰਦੀਆਂ ਰਹਿੰਦੀਆਂ, ਘਰ ਵਾਲਿਆਂ ਦੀ ਵੀ ਹੁੰਦੀ ਰਹੀ। ਤੇ 4 ਸਤੰਬਰ 2021 ਨੂੰ ਗਏ ਤੇ ਜੀ ਇੱਕ ਦਿਨ ਹੀ ਗਿਆ ਫਲੈਟ। ਆ ਦੇਖੋ ਇਹਨਾਂ ਦੇ ਬੱਚਾ ਹੁਣ ਚਲਿਆ ਗਿਆ, ਕਿੰਨਾ ਮੁਸ਼ਕਿਲ ਲੱਗ ਰਿਹਾ ਹੈ ਮਾਂ ਬਾਪ ਦਾ, ਹੁਣ ਕੀ ਹੀਲਾ ਇਹਨਾਂ ਦਾ। ਬਹੁਤ ਮਾੜੀ ਘਟਨਾ ਬੀਤੀ ਹੈ। ਮੈਂ ਸਿਰਫ ਇਹੀ ਬੋਲਣਾ ਚਾਹੁੰਦਾ ਵੀ ਜਿਹੜੇ ਆਪਣੇ ਮਾਂ ਪਿਓ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਵਾਸਤੇ ਤਿਆਰ ਖੜੇ ਨੇ, ਇਹਨਾਂ ਗੰਦੀਆਂ ਸਰਕਾਰਾਂ ਨੇ ਜਿਨ੍ਹਾਂ ਨੇ ਪੰਜਾਬ ਉਜਾੜ ਕੇ ਰੱਖਤਾ, ਸਾਡੇ ਬੱਚੇ ਬਾਹਰ ਅਸੀਂ ਮਜਬੂਰੀ 'ਚ ਭੇਜਦੇ ਹਾਂ, ਕੋਈ ਖੁਸ਼ੀ ਨੂੰ ਨਹੀਂ ਭੇਜਦੇ। ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਮਾਤਾਵਾਂ ਭਾਈਆਂ ਨੂੰ ਵੀ ਜਿਹੜੇ ਬਾਹਰ ਭੇਜਦੇ ਨੇ ਕਿਰਪਾ ਕਰਕੇ ਉਹ ਇੱਥੇ ਹੀ ਪੰਜਾਬ ਨਹੀਂ ਹਰਿਆਣਾ ਹਿਮਾਚਲ ਜਿੱਥੇ ਮਰਜ਼ੀ ਐਡਜਸਟ ਕਰ ਲਓ। ਹਰਦੇਵ ਸਿੰਘ ਜੀ, ਹਰਦੇਵ ਸਿੰਘ ਸਨ ਆਫ ਜੰਗ ਸਿੰਘ ਪਿੰਡ ਖੇੜੀ ਜ਼ਿਲ੍ਹਾ ਸੰਗਰੂਰ। ਹਰਦੇਵ ਸਿੰਘ ਜੀ ਕੀ ਘਟਨਾ ਵਾਪਰੀ ਆ ਜੀ, ਪਤਾ ਲੱਗਿਆ ਤੁਹਾਡਾ ਬੇਟਾ ਵੀ ਇਹਨਾਂ ਦੇ ਬੇਟੇ ਨਾਲ ਹੀ ਆਇਆ? ਹਾਂਜੀ ਹਾਂ, ਪਰਸੋਂ ਸਵੇਰੇ ਸਾਨੂੰ ਫੋਨ ਆਇਆ ਜੀ 4 ਵਜੇ, ਕਹਿੰਦਾ ਬਹੁਤ ਕਵਰ ਖਰਾਬ ਹੈ ਵੀ ਇਸ ਤਰ੍ਹਾਂ ਹੋ ਗਿਆ। ਐਕਸੀਡੈਂਟ ਹੋਇਆ ਇੰਨਾ ਬੁਰੀ ਤਰ੍ਹਾਂ, ਉਹ ਪਛਾਣਿਆ ਵੀ ਜਾ ਰਿਹਾ। ਲੜਕੇ ਨਾਲ ਪਹਿਲਾਂ ਗੱਲਾਂ ਹੁੰਦੀਆਂ ਰਹਿੰਦੀਆਂ, ਇਹਨਾਂ ਦੇ ਲੜਕੇ ਨਾਲ ਵੀ ਹੁੰਦੀਆਂ ਰਹਿੰਦੀਆਂ, ਘਰ ਵਾਲਿਆਂ ਦੀ ਵੀ ਹੁੰਦੀ ਰਹੀ। ਤੇ 4 ਸਤੰਬਰ 2021 ਨੂੰ ਗਏ ਤੇ ਜੀ ਇੱਕ ਦਿਨ ਹੀ ਗਿਆ ਫਲੈਟ 'ਚ, ਇਕੱਠੇ ਕਾਫੀ ਪਿਆਰ ਤੇ ਜੀ ਇਕੱਠੇ ਰਹਿੰਦੇ ਰਹੇ। ਜੇ ਕਿਤੇ ਅੱਗੇ ਪਿੱਛੇ ਹੁੰਦੇ ਫਿਰ ਵੀ ਫੋਨ ਤੇ ਇਹਨਾਂ ਦੀ ਗੱਲ ਹੁੰਦੀ ਰਹਿੰਦੀ ਸੀ। ਕਿਸ ਤਰ੍ਹਾਂ ਦੇਖਦੇ ਹੋ ਕਰਕੇ ਪੰਜਾਬ ਤੋਂ ਨੌਜਵਾਨ ਪੀੜ੍ਹੀ ਲਗਾਤਾਰ ਰੁਜ਼ਗਾਰ ਦੀ ਭਾਲ ਦੇ ਲਈ ਬਾਹਰ ਜਾ ਰਹੀ ਹੈ, ਪਰ ਅਜਿਹੇ ਹਾਦਸੇ ਵੀ ਵਾਪਰ ਰਹੇ ਨੇ? ਬਾਜ ਮੰਨਦੇ ਨਹੀਂ ਹਨ, ਅਸੀਂ ਬਥੇਰਾ ਜ਼ੋਰ ਲਾਇਆ, ਮੈਂ ਕਿਹਾ ਤੇ ਲੜਕੇ ਨੂੰ ਅੱਜ ਉਹ ਮਰਜ਼ੀ ਜਿੰਨਾ ਕੋਈ ਵੀ ਕੋਰਸ ਕਰ ਲੈ ਮਹਿੰਗੇ ਤੋਂ ਮਹਿੰਗਾ, ਕੋਈ ਤੇ ਘਾਟ ਨਹੀਂ ਮੰਨਦੇ ਹਨ। ਦੇ ਵੀ ਲੱਗਦਾ ਵੀ ਕਿਤੇ ਨਾ ਕਿਤੇ ਸਰਕਾਰਾਂ ਦੀਆਂ ਜੋ ਨਾਕਾਮੀਆਂ ਨੇ ਇਹਨਾਂ ਲਈ ਬਾਹਰ ਜਾਣਾ ਪੈ ਰਿਹਾ। ਬਿਲਕੁਲ ਨਾਕਾਮੀਆਂ ਨੇ, ਬਿਲਕੁਲ ਨਾਕਾਮੀਆਂ ਨੇ। ਕਿਉਂ ਬਾਹਰ ਜਾਣ ਜੀ? ਆ ਦੇਖੋ ਇਹਨਾਂ ਦੇ ਬੱਚਾ ਹੁਣ ਚਲਿਆ ਗਿਆ, ਕਿੰਨਾ ਮੁਸ਼ਕਿਲ ਲੱਗ ਰਿਹਾ ਹੈ ਮਾਂ ਬਾਪ ਦਾ, ਹੁਣ ਕੀ ਹੀਲਾ ਇਹਨਾਂ ਦਾ। ਬਹੁਤ ਮਾੜੀ ਘਟਨਾ ਬੀਤੀ ਹੈ। ਨਹੀਂ ਜਾਣਾ ਪਵੇ ਜੀ, ਜੇ ਉਹਦੀ ਨੌਕਰੀਆਂ ਦੇਣ ਸਰਕਾਰ ਦੇਵੇ ਤਾਂ ਬੱਚੇ ਕਿਉਂ ਬਾਹਰ ਜਾਣ? ਕਿਤੇ ਨਾ ਕਿਤੇ ਨਾਕਾਮੀ ਹੈ ਸਰਕਾਰ, ਬਿਲਕੁਲ ਨਾਕਾਮੀ ਹੈ ਜੀ। ਬੱਚੇ ਇੰਨੀ ਪੜ੍ਹਾਈ ਕਰਦੇ ਨੇ, ਮਾਂ ਬਾਪ ਪਹਿਲਾਂ ਪੜ੍ਹਾਉਂਦੇ ਨੇ, ਫਿਰ ਉਹਨਾਂ ਦਾ ਨੌਕਰੀ ਦਾ ਵੀ ਦੇਖਣਾ ਪੈਂਦਾ ਵੀ ਕੀ ਕਰਨ, ਜਿਹੜਾ ਬੱਚਾ ਕਰਨਾ ਚਾਹੁੰਦਾ ਤਾਂ ਫਿਰ ਉਹ ਕੀ ਕਰਨ। ਬੱਚੇ ਵੀ ਬੱਚੇ ਤਾਂ ਬਾਹਰ ਜਾਂਦੇ ਨੇ, ਜੇ ਉਹਦੇ ਨੌਕਰੀ ਮਿਲੀ ਜਾਵੇ ਤਾਂ ਕਿਉਂ ਜਾਣ ਬਾਹਰ, ਆਪਣੇ ਮਾਂ ਬਾਪ ਨੂੰ ਕਿਉਂ ਛੱਡਣ? ਮੈਂ ਸਿਰਫ ਇਹੀ ਬੋਲਣਾ ਚਾਹੁੰਦਾ ਵੀ ਜਿਹੜੇ ਆਪਣੇ ਮਾਂ ਪਿਓ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਵਾਸਤੇ ਤਿਆਰ ਖੜੇ ਨੇ, ਇਹਨਾਂ ਗੰਦੀਆਂ ਸਰਕਾਰਾਂ ਨੇ ਜਿਨ੍ਹਾਂ ਨੇ ਪੰਜਾਬ ਉਜਾੜ ਕੇ ਰੱਖਤਾ, ਸਾਡੇ ਬੱਚੇ ਬਾਹਰ ਅਸੀਂ ਮਜਬੂਰੀ 'ਚ ਭੇਜਦੇ ਹਾਂ, ਕੋਈ ਖੁਸ਼ੀ ਨੂੰ ਨਹੀਂ ਭੇਜਦੇ। ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਮਾਤਾਵਾਂ ਭਾਈਆਂ ਨੂੰ ਵੀ ਜਿਹੜੇ ਬਾਹਰ ਭੇਜਦੇ ਨੇ ਕਿਰਪਾ ਕਰਕੇ ਉਹ ਇੱਥੇ ਹੀ ਪੰਜਾਬ ਨਹੀਂ ਹਰਿਆਣਾ ਹਿਮਾਚਲ ਜਿੱਥੇ ਮਰਜ਼ੀ ਐਡਜਸਟ ਕਰ ਲਓ। ਪਰ ਇਹ ਦਿਨ ਨਾ ਦੇਖਿਓ, ਜਿਹੜਾ ਭਗਵਾਨ ਨਾ ਕਰੇ ਕਿਸੇ ਨੂੰ ਦਿਨ ਦੇਖਣਾ ਪਵੇ ਜਿਹੜੇ ਅਸੀਂ ਦੇਖ ਰਹੇ ਹਾਂ। ਅਸੀਂ ਆਪਣਾ 22.5 ਸਾਲ ਦਾ ਜਿਹੜਾ ਪੁੱਤ ਖੋਇਆ ਉਹਦੀ ਅਸੀਂ ਕੋਈ ਵੀ ਪੂਰਤੀ ਨਹੀਂ ਕਰ ਸਕਦਾ। ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਭਾਈ ਥੋੜ੍ਹਾ ਖਾ ਲਓ, ਪੂਰੇ ਹੀ ਖਾ ਲਓ, ਘੱਟੋ ਘੱਟ ਮਾਂ ਪਿਓ ਦੀ ਨਿਗਾਹ 'ਚ ਤਾਂ ਰਹੂਗਾ। ਹਜੇ 1.5 ਸਾਲ ਹੋਇਆ ਜੀ, ਸਾਨੂੰ ਸ਼ਨੀਵਾਰ ਪਤਾ ਲੱਗਿਆ। ਕੀ ਗੱਲਾਂ ਬਾਤਾਂ ਨੇ ਜੀ, ਹੁਣ ਤਾਂ ਬਸ ਕਹਾਣੀਆਂ ਰਹਿ ਗਈਆਂ, ਕੀ ਪਤਾ
सानू नाल रुलना पवे सारी जिंदगी हुण मरण वास्ते तां हैगे ही आ किनू किनू सामदे फिरांगे माँ प्यो बुजुर्ग ने उहनों करी उहनां दे मूंह नूं देख रहे हां करी उत्थे जिहड़े कल्ले भाई कि डैडी बॉडी नूं देख रहे हां वी भाई उहनूं कदों मुक्ति दिवाईए हुण तां इही है वी जिन्नी जल्दी जाके उहदी मुक्ति करवा दांगे तां ठीक है नहीं तां ऐ नहीं पता जे उरे लैणा पै गया तां सानूं की कुछ देखना पऊगा।